ਉਦਾਸੀਨ ਆਸ਼ਰਮ ਸ਼੍ਰੀ ਚੰਦਰ ਮੰਦਿਰ ਪਿੰਡ ਸ਼ੇਰੋਂ ਨੇੜੇ ਬਿਆਸ ਵਿਖੇ ਸਲਾਨਾ ਭੰਡਾਰਾ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਅਸਥਾਨ ਦੇ ਵਰਤਮਾਨ ਗੱਦੀ ਨਿਸ਼ੀਨ ਮਹੰਤ ਰਾਮ ਮੁਨੀ ਜੀ ਦੇਖ ਰੇਖ ਹੇਠ ਹੋਏ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਦਿਨ ਵੱਡੇ ਆਏ ਤੇਰੇ ਨਾਮ ਕੀ ਤੇਰਾ ਤੇ ਮਨ ਮਾਹੀ ਨਾਨਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਾਹੀ ਨਾਨਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਾਹੀ ਜਿਨ ਵਡਿਆਈ ਤੇਰੇ ਨਾਮ ਕੀ ਤੇਰਾ ਤੇ ਮਨ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਾਹੀ ਨਾਨਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਾਨਕ ਅੰਮ੍ਰਿਤ ਮਨੈ ਮਾਏ ਪਾਈਐ ਗੁਰ ਪ੍ਰਸਾਦ ਨਾਨਕ ਅੰਮ੍ਰਿਤ ਮਨੈ ਮਾਏ ਪਾਈਐ ਗੁਰ ਪ੍ਰਸਾਦ ਇਸ ਮੌਕੇ ਆਰੰਭੇ ਪਾਠਾਂ ਦੇ ਭੋਗ ਪਾਏ ਗਏ। ਸੰਤ ਬਾਬਾ ਹਰਮਿੰਦਰ ਸਿੰਘ ਜੀ ਰੌਲੀ ਵਾਲੇ, ਮਹੰਤ ਈਸ਼ਵਰਾਨੰਦ ਜੀ ਫੇਰੂਮਨ ਵਾਲਿਆਂ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਧੂਮਾ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਬਣ ਜਾਣੀ ਜਿੰਦੇ ਤੂੰ ਤਾਂ ਧੂੜ ਸਾਧੂਆਂ ਦੀ 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 ਬਣ ਜਾਣੀ ਜਿੰਦੇ ਤੂੰ ਤਾਂ ਧੂੜ ਸਾਧੂਆਂ ਬਣ ਜਾਣੀ ਜਿੰਦੇ ਤੂੰ ਤਾਂ ਧੂੜ ਸਾਧੂਆਂ ਤੂੰ ਬਣ ਜਾਣੀ ਜਿੰਦੇ ਤੂੰ ਤਾਂ ਧੂੜ ਸਾਧੂਆਂ ਦੀ ਬਣ ਜਾਣੀ ਜਿੰਦੇ ਤੂੰ ਤਾਂ ਧੂੜ ਸਾਧੂਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਉਦਾਸੀਨ ਆਸ਼ਰਮ ਡੇਰਾ ਸ਼ੇਰੋਂ ਮਹੰਤ ਰਾਮ ਮੁਨੀ ਜੀ ਵੱਲੋਂ ਜੋ ਅੱਜ ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਦਾ 523ਵਾਂ ਜਨਮ ਦਿਨ ਆਪਾਂ ਬਹੁਤ ਸ਼ਰਧਾ ਪ੍ਰੇਮ ਦੇ ਨਾਲ ਮਨਾ ਰਹੇ ਹਾਂ, ਜਿਨ੍ਹਾਂ ਵਿੱਚ ਬਹੁਤ ਦੂਰੋਂ ਦਰੇਡਿਓਂ ਮਹਾਂਪੁਰਸ਼ ਪਹੁੰਚੇ ਹਨ, ਉਹਨਾਂ ਦਾ ਮੈਂ ਜੀ ਆਇਆਂ ਧੰਨਵਾਦ ਕਹਿੰਦਾ ਹਾਂ ਆਪਣੇ ਵੱਲੋਂ। ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਆਗਮਨ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ, ਧੰਨ ਮਾਤਾ ਸੁਲੱਖਣੀ ਜੀ ਦੇ ਗ੍ਰਹਿ ਵਿਖੇ, ਸ਼੍ਰੀ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਹੋਇਆ ਔਰ ਬਾਲ ਅਵਸਥਾ ਤੋਂ ਹੀ ਸਿੱਧ ਸਵਰੂਪ ਸਨ, ਬਹੁਤ ਵੱਡੀ ਉੱਚ ਕਰਨੀ ਦੇ ਮਾਲਕ ਸਨ ਔਰ ਜਿਨ੍ਹਾਂ ਉੱਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸੀ, ਮਿਹਰ ਸੀ, ਸਤਿਗੁਰਾਂ ਦੀ ਪੂਰਨ ਪ੍ਰਸੰਨਤਾ ਸੀ, ਜਿਨ੍ਹਾਂ ਨੇ ਸਤਿਗੁਰਾਂ ਦੇ ਸਮੇਂ ਤੋਂ ਹੀ ਸਤਿਗੁਰਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਦਿਆਂ ਹੋਇਆਂ ਬਹੁਤ ਕਠਿਨ ਤਪੱਸਿਆ ਕੀਤੀ। ਮੈਂ ਲੰਮਾ ਸਮਾਂ ਬਾਬਾ ਜੀ ਦੇ ਜੀਵਨ ਉੱਤੇ ਵਿਚਾਰ ਨਹੀਂ ਦੇ ਸਕਦਾ ਕਿਉਂਕਿ ਸਮਾਂ ਬਹੁਤ ਸੰਖੇਪ ਹੈ। ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ, ਜੀਵਨ ਦੇ ਵਿੱਚ ਉਹਨਾਂ ਨੇ ਜਿੱਥੇ ਤਪੱਸਿਆ ਇਤਨੀ ਵੱਡੀ ਕੀਤੀ ਹੈ, ਦੁਨੀਆਂ ਵਿੱਚ ਆਪਾਂ
ਸਤਯੁਗ ਤੋਂ ਲੈ ਕੇ ਤ੍ਰੇਤਾ ਦੁਆਪਰ ਕਲਯੁਗ ਦੇ ਵਿੱਚ ਤਪੱਸਵੀ ਵੱਡੇ ਵੱਡੇ ਰਿਸ਼ੀ ਮੁਨੀਆਂ ਦੇ ਜੀਵਨ ਸੁਣੇ ਹੈ, ਉਹਨਾਂ ਦੀਆਂ ਗਾਥਾਵਾਂ ਵੀ ਪੜ੍ਹੀਆਂ ਹਨ ਅਤੇ ਉਹਨਾਂ ਦੇ ਪ੍ਰਾਚੀਨ ਗ੍ਰੰਥਾਂ ਦੇ ਵਿੱਚ ਪ੍ਰਸੰਗ ਵੀ ਆਉਂਦੇ ਹੈ। ਪਰ ਸਤਸੰਗ ਜੀ, ਤਪੱਸਿਆ ਕਿਸ ਨੂੰ ਕਿਹਾ ਜਾਂਦਾ ਹੈ? ਵੈਸੇ ਤਾਂ ਤਪੱਸਿਆ ਦੇ ਜਦੋਂ ਆਪਾਂ ਅੱਖਰੀ ਭਾਵ ਨੂੰ ਲਵਾਂਗੇ ਤਾਂ ਇਸ ਦਾ ਅਰਥ ਬਣੇਗਾ ਤਪਾਉਣਾ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਵੀ ਲਏ ਗਏ। ਤਿਨੀ ਪੀਤਾ ਰੰਗ ਸੋ ਜਿਨ ਕੋ ਲਿਖਿਆ ਯਾਦ, ਤਿਨੀ ਪੀਤਾ ਰੰਗ ਸੋ ਜਿਨ ਕੋ ਲਿਖਿਆ। ਇਹਨਾਂ ਸਮਾਗਮਾਂ ਮੌਕੇ ਸ਼੍ਰੀ ਮਾਨ ਮਹੰਤ ਬਾਬਾ ਅਵਤਾਰ ਦਾਸ ਜੀ ਨੱਥੂਪੁਰ ਵਾਲੇ, ਮਹੰਤ ਈਸ਼ਵਰਾਨੰਦ ਜੀ ਫੇਰੂ ਮਾਨ, ਸੰਤ ਵਰਿੰਦਰ ਮੁਨੀ ਜੀ ਫੇਰੂ ਮਾਨ, ਮਹੰਤ ਦਿਆਂਬਰ ਮੁਨੀ ਜੀ ਅੰਮ੍ਰਿਤਸਰ, ਮਹੰਤ ਤਿਲਕਦਾਸ ਜੀ ਨਾਨਕ ਚੱਕ, ਮਹੰਤ ਮਹਾਤਮਾ ਮੁਨੀ ਜੀ ਖੈਰਾ ਵੇਟ, ਮਹੰਤ ਪੁਰਸ਼ੋਤਮ ਦਾਸ ਜੀ ਰਾਮਝਾੜੀ ਪੈਲੀ, ਮਹੰਤ ਗੌਤਮ ਮੁਨੀ ਜੀ ਬਨਵਾਲੀਪੁਰ, ਮਹੰਤ ਸਚਦਾਨੰਦ ਜੀ ਅੰਮ੍ਰਿਤਸਰ, ਮਹੰਤ ਗੋਪਾਲ ਦਾਸ ਜੀ ਅੰਮ੍ਰਿਤਸਰ ਵੀ ਹਾਜ਼ਰ ਸਨ। ਸਾਡੇ ਰਿਪੋਰਟਰ ਗੌਰਵ ਗਰਗ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਮਹੰਤ ਰਾਮ ਮੁਨੀ ਜੀ ਸ਼ੇਰੋ ਨੇ ਆਪਣੇ ਵਿਚਾਰ ਰੱਖੇ। ਯਹ ਸ੍ਰੀ ਚੰਦਰ ਉਦਾਸੀਨ ਆਸ਼ਰਮ ਬਿਆਸ ਦਰਿਆਓ ਕੇ ਕਿਨਾਰੇ ਪਰ ਪਿੰਡ ਸ਼ੇਰੋਂ ਮੇਂ ਸਥਿਤ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਅਪਾਰ ਕਿਰਪਾ ਸਦਕਾ ਆਸ਼ੀਰਵਾਦ ਸੇ ਯਹ ਆਸ਼ਰਮ ਆਜ ਸੇ ਲਗਭਗ 7-8 ਸਾਲ ਪਹਿਲੇ ਸਥਾਪਿਤ ਕੀਆ ਗਿਆ। ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਕੀ ਅਪਾਰ ਕਿਰਪਾ ਹੋਈ, ਉਹਨੇ ਆਪ ਕਿਰਪਾ ਕਰਕੇ ਇਸ ਆਸ਼ਰਮ ਕੋ ਬਣਵਾਇਆ, ਆਪ ਹੀ ਮਾਰਗ ਦਰਸ਼ਨ ਕੀਏ, ਹਮ ਤੋ ਉਨਕੇ ਚਰਨੋਂ ਕੇ ਸੇਵਾਦਾਰ ਹੈਂ, ਏਕ ਨਿਮਿੱਤ ਮਾਤਰ ਹੈਂ। ਬਾਬਾ ਸ੍ਰੀ ਚੰਦ ਜੀ ਕੀ ਅਪਾਰ ਕਿਰਪਾ ਸੇ ਸਭ ਕੁਛ ਹੁਆ, ਸਭੀ ਸੰਤ ਮਹਾਂਪੁਰਸ਼ੋਂ ਕੇ ਆਸ਼ੀਰਵਾਦ ਸੇ ਸਭ ਕੁਛ ਹੁਆ। ਇਸ ਆਸ਼ਰਮ ਮੇਂ ਜੋ ਵੀ ਪੂਜਾ ਪਾਠ ਜਪ ਤਪ ਭਜਨ ਬੰਦਗੀ ਸਰਵਤਰ ਦੇ ਭਲੇ ਲਈ ਹੋਤਾ ਹੈ, ਉਸੀ ਉਦੇਸ਼ ਕੋ ਲੈ ਕਰਕੇ ਸਲਾਨਾ ਸਮਾਗਮ ਕਰਵਾਏ ਜਾਤੇ ਹੈ। ਇਸ ਸਾਲ ਵੀ ਹਰ ਸਾਲ ਕੀ ਤਰ੍ਹਾਂ ਸਲਾਨਾ ਸਮਾਗਮ ਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਸ੍ਰੀ ਅਖੰਡ ਸਾਹਿਬ ਪਾਠ ਕੇ ਭੋਗ ਪਾਏ ਗਏ। ਆਈ ਸਾਧ ਸੰਗਤ ਕਾ ਬਹੁਤ ਬਹੁਤ ਧੰਨਵਾਦ। ਬਹੁਤ ਦੂਰੋਂ ਨੇੜੋਂ ਚੱਲ ਕਰਕੇ ਸੰਗਤ ਆਈ, ਕਾਰਕ੍ਰਮ ਕੋ ਸਫਲ ਬਣਾਇਆ। ਸਭੀ ਸੰਗਤ ਕਾ, ਸਭੀ ਸੇਵਾਦਾਰੋਂ ਕਾ ਬਹੁਤ ਬਹੁਤ ਧੰਨਵਾਦ। ਪਿੰਡ ਕੇ ਪੰਚ ਸਰਪੰਚੋਂ ਨੇ, ਸਭੀ ਨੇ ਮਿਲ ਕਰਕੇ, ਆਸ ਪਾਸ ਕੇ ਇਲਾਕਾ ਨਿਵਾਸੀ ਸਭੀ ਸੰਗਤ ਨੇ ਮਿਲ ਕਰਕੇ ਬਹੁਤ ਬਹੁਤ ਸਹਿਯੋਗ ਦਿਆ। ਰਾਤ ਦਿਨ ਬੱਚੋਂ ਨੇ ਸੇਵਾ ਕਰਕੇ ਸਮਾਗਮ ਕੋ ਸਫਲ ਬਣਾਇਆ। ਔਰ ਹਮਾਰੇ ਯੇ ਸਮਾਗਮ ਕਰਵਾਨੇ ਕਾ ਏਕ ਹੀ ਮਕਸਦ ਹੈ, ਏਕ ਹੀ ਉਦੇਸ਼ ਹੈ ਕਿ ਕਿਸ ਤਰ੍ਹਾਂ ਸੇ ਸੰਪੂਰਨ ਜੀਵੋਂ ਕਾ, ਸੰਪੂਰਨ ਜਗਤ ਕਾ, ਸੰਪੂਰਨ ਮਾਨਵਤਾ ਕਾ, ਸੰਪੂਰਨ ਵਿਸ਼ਵ ਕਾ ਕਲਿਆਣ ਹੋ। ਸੰਪੂਰਨ ਵਿਸ਼ਵ ਕੇ ਕਲਿਆਣ ਕੇ ਹੇਤੂ, ਆਪਣੇ ਸਭ ਕੇ ਕਲਿਆਣ ਕੇ ਹੇਤੂ ਇਹ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਮੇਂ ਹਮ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੇ ਚਰਨੋਂ ਮੇਂ ਯਹੀ ਅਰਦਾਸ ਬੇਨਤੀ ਕਰਤੇ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਵਤਰ ਕਾ ਭਲਾ। ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਮਹੰਤ ਰਾਮਮੁਨੀ ਜੀ ਵੱਲੋਂ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਜਿਨ ਵਡਿਆਈ ਤੇਰੇ ਨਾਮ ਕੀ, ਤੇਰਾ ਤੇ ਮਨ ਮਾਹੇ ਨਾਨਕ ਅੰਮ੍ਰਿਤ।
नानक अमृत मने माए पाया गुर प्रसाद नानक अमृत मने माए पाया गुर प्रसाद तिनी पीता रंग सो जिनको लिखे आयाद तिनी पीता रंग सो जिनको लिखे आयाद जिनको लिखे आयाद जिन वड़े आई तेरे नाम की तेरा ते मन माए नानक अमृत एक है दूजा अमृत नाए नानक अमृत एक है दूजा अमृत नाए नानक अमृत एक है दूजा अमृत नाए। वधेरे जानकारी लिए संपर्क करो गौरव गर्ग शेरपुर मोबाइल 94170-36301 98141-36301 94170-36301।